ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਪੁਲਿਸ ਦੀ ਭਰਤੀ ਦੇ ਬਾਰੇ ਵਿੱਚ ਹੈ ਸੋ ਆਪਾਂ ਡਿਸਕਸ ਕਰਾਂਗੇ ਭਰਤੀਆਂ ਕਿਹੜੀਆਂ ਨੇ ਜਿਹੜੀਆਂ ਆਊਟ ਹੋਣੀਆਂ ਨੇ ਉਹਦੇ ਲਈ ਕੀ ਕੀ ਐਲੀਜੀਬਿਲਿਟੀ ਰਹਿਣ ਵਾਲੀ ਨੇ ਔਰ ਕਦੋਂ ਤੱਕ ਇਹ ਭਰਤੀਆਂ ਜਿਹੜੀਆਂ ਨੇ ਆਊਟ ਹੋਣਗੀਆਂ ਉਹਦੇ ਬਾਰੇ ਵਿੱਚ ਪੂਰੀ ਡਿਟੇਲ ਚ ਗੱਲ ਕਰਾਂਗੇ ਸੋ ਤੁਸੀਂ ਚੈਨਲ ਤੇ ਅਗਰ ਫਸਟ ਟਾਈਮ ਆ ਰਹੇ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਹੜੀਆਂ ਕਿ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਇਸੇ ਦੇ ਨਾਲ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਉਥੋਂ ਤੁਸੀਂ ਜਿਹੜੀਆਂ ਸਾਰੀ ਡਿਟੇਲਸ ਜਿਹੜੀਆਂ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਇਹਦੇ ਲਈ ਕਰ ਸਕਦੇ ਹੋ ਤੇ ਉਹਦੇ ਲਈ ਸਿੰਪਲੀ Google ਤੇ ਜਾਓ ਉੱਥੇ ਜਾ ਕੇ ਟਾਈਪ ਕਰੋ ਤੁਸੀਂ meetacademy.xyz ਤੇ ਉਹ ਤੁਸੀਂ ਉਥੋਂ ਜਾ ਕੇ ਚੈੱਕ ਕਰਕੇ ਸਾਰੀਆਂ ਜਿਹੜੀਆਂ ਵੈਕੈਂਸੀਜ਼ ਨੇ ਉਹਨਾਂ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਅਪਲਾਈ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟ ਗਵਰਨਮੈਂਟ ਅਪਡੇਟ ਦੇ ਉੱਪਰ ਲੇਕਿਨ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੇ ਲਈ ਤਿਆਰੀ ਕਰ ਰਹੇ ਹੋ ਤਾਂ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਤੁਸੀਂ ਪੱਕੀ ਜਿਹੜੀ ਹੈ ਉਹ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਅਸੀਂ ਗੱਲ ਕਰਦੇ ਹਾਂ ਪੰਜਾਬ ਪੁਲਿਸ ਦੀ ਭਰਤੀ ਦੇ ਬਾਰੇ ਵਿੱਚ ਇਹ ਪੰਜਾਬ ਪੁਲਿਸ ਦੀ ਜਿਹੜੀ ਭਰਤੀ ਹੈ ਉਹਦੇ ਬਾਰੇ ਵਿੱਚ ਕਾਫੀ ਸਾਰੇ ਕੈਂਡੀਡੇਟਸ ਨੂੰ ਜਿਹੜੇ ਨੇ ਡਾਊਟ ਨੇ ਔਰ ਕਾਫੀ ਸਾਰੇ ਕੈਂਡੀਡੇਟ ਕਮੈਂਟ ਵੀ ਕਰ ਰਹੇ ਨੇ ਕਿ ਤੁਸੀਂ ਸਾਨੂੰ ਦੱਸ ਦੋ ਕਦ ਤੱਕ ਇਹ ਭਰਤੀਆਂ ਜਿਹੜੀਆਂ ਨੇ ਆਉਣਗੀਆਂ ਕਿਉਂਕਿ ਜਦੋਂ ਵੀ ਭਰਤੀ ਦਾ ਕੋਈ ਵੀ ਅਪਡੇਟ ਅਸੀਂ ਪਾਉਂਦੇ ਹਾਂ ਉਹਦੇ ਰਿਲੇਟਿਡ ਤੁਹਾਨੂੰ ਜਿਹੜੇ ਤੁਹਾਡੇ ਕਮੈਂਟਸ ਨੇ ਉਹੀ ਆਉਂਦੇ ਨੇ ਕਿ ਕਦੋਂ ਤੱਕ ਇਹ ਭਰਤੀ ਆਊਟ ਹੋਏਗੀ ਏ ਕਿਆ ਸੀਗਾ ਕਿ 1800 ਪਰਤੀਆ ਹਰ ਸਾਲ ਜਿਹੜੀਆਂ ਨੇ ਉਹ ਇੱਕ ক্লোਜ਼ ਕਰਨਗੇ ਜਿਹੜੀਆਂ ਕੀ ਤੁਹਾਡੀਆਂ ਹੋਣਗੀਆਂ ਕਨਸਟੇਬਲ ਦੀਆਂ ਇਸੇ ਦੇ ਨਾਲ ਏਐਸਆਈ ਦੀਆਂ ਵੀ ਅਪਰੋਕਸ 300 ਪਰਤੀਆ ਜਿਹੜੀਆਂ ਨੇ ਉਹ ਹਰ ਸਾਲ ਇਹਨਾਂ ਨੇ ক্লোਜ਼ ਕਰਨੀਆਂ ਨੇ ਸੋ ਇਹਦੇ ਲਈ ਸਿੰਪਲੀ ਹੋਏਗਾ ਕਿ ਉਹਨਾਂ ਨੇ ਸਟਾਰਟਿੰਗ ਜਿਹੜੀ ਹੈ 2 ਮਾਰਚ ਤੱਕ ਇਹਦਾ ਨੋਟੀਫਿਕੇਸ਼ਨ ਜਿਹੜੇ ਜੀ ਉਹ ਆਊਟ ਕਰ ਦੇਣਗੇ ਔਰ ਉਸ ਤੋਂ ਬਾਅਦ ਜਿਹੜਾ ਸਾਰਾ ਪ੍ਰੋਸੈਸ ਹੈ ਉਹਨੂੰ ਇਹ ਕੰਪਲੀਟ ਜਿਹੜਾ ਉਹ ਕਰਨਗੇ ਸੋ ਇਹਦੇ ਲਈ ਤੁਸੀਂ ਕੀ ਕਰਨਾ ਹੋਏਗਾ ਸਿੰਪਲੀ ਆਪਣੀ ਐਲੀਜੀਬਿਲਟੀ ਪਹਿਲਾਂ ਤੁਹਾਨੂੰ ਇਹਦੇ ਲਈ ਪਤਾ ਹੋਣੀ ਚਾਹੀਦੀ ਹੈ ਜਿੱਦਾਂ ਕਿ ਲਾਸਟ ਟਾਈਮ ਜਿਹੜੀ ਐਲੀਜੀਬਿਲਟੀ ਸੀਗੀ ਉਹ ਤੁਹਾਨੂੰ ਅਗਰ ਨਹੀਂ ਪਤਾ ਤਾਂ ਮੈਂ ਦੁਬਾਰਾ ਇੱਕ ਵਾਰੀ ਦੱਸ ਦਿੰਦਾ ਜੀ ਇਹਦੇ ਰਿਲੇਟਿਡ ਤੁਹਾਡਾ ਦੋਨਾਂ ਹੀ ਦੇ ਲਈ ਚਾਹੇ ਉਹ ਕਨਸਟੇਬਲ ਦੀ ਹੋਵੇ ਚਾਹੇ ਉਹ ਐਸਆਈ ਦੀ ਪਦਤੀ ਹੋਵੇ ਦੋਨਾਂ ਲਈ ਤੁਹਾਡਾ ਰਿਟਨ ਐਗਜ਼ਾਮ ਜਿਹੜੇ ਜੀ ਉਹ ਹੋਣਾ ਹੀ ਹੋਣਾ ਇਹਦੇ ਲਈ ਉਸ ਤੋਂ ਬਾਅਦ ਤੁਹਾਡੀ ਬਾਕੀ ਐਲੀਜੀਬਿਲਿਟੀ ਜਿਹੜੀ ਹੈ ਉਹ ਗਾਊਂਟ ਹੋਏਗੀ ਜਿੱਦਾਂ ਕਿ ਤੁਹਾਡਾ ਫਿਜ਼ੀਕਲ ਟੈਸਟ ਹੋ ਗਿਆ ਔਰ ਇਸੇ ਦੇ ਨਾਲ ਐਸਆਈ ਦੇ ਲਈ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ एलिजिਬਲ ਹੋਣਗੇ ਔਰ ਜਿਹੜੀ ਕਨਸਟੇਬਲ ਦੀ ਭਰਤੀ ਹੈ ਉਹਦੇ ਲਈ ਜਿਹੜੀ ਹੈ ਜੀ 12th ਪਾਸ ਕੈਂਡੀਡੇਟ ਨੇ ਉਹ ਇਹਦੇ ਲਈ एलिजिਬਲ ਹੋਣਗੇ ਔਰ ਇਸੇ ਦੇ ਨਾਲ ਅਗਰ ਭਰਤੀ ਦੀ ਉਮੀਦ ਆਪਾਂ ਦੇਖੀਏ ਤਾਂ ਕਾਫੀ ਜਾਣੇ ਤੁਹਾਨੂੰ ਇਹ ਵੀ ਦੱਸ ਰਹੇ ਨੇ ਕਿ ਬਾ 10 ਦਿਨ ਤੱਕ ਆ ਜਾਏਗੀ 15 ਦਿਨ ਤੱਕ ਆ ਜਾਏਗੀ ਲੇਕਿਨ ਜਿਸ ਹਿਸਾਬ ਨਾਲ ਉਹਨਾਂ ਨੇ ਸ਼ਡਿਊਲ ਦਿੱਤਾ ਹੈ ਮਾਰਚ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਦੇਖਣ ਨੂੰ ਨਹੀਂ ਮਿਲੇਗਾ ਸੋ ਤੁਸੀਂ ਇਹਦੇ ਲਈ ਜਰੂਰ ਤਿਆਰੀ ਆਪਣੀ ਪੂਰੀ ਰੱਖਣੀ ਹੈ ਜੀ ਅਗਰ ਤੁਸੀਂ ਜਿਹੜੇ ਕੈਂਡੀਡੇਟ ਪ੍ਰੀਵੀਅਸ ਭਰਤੀਆਂ ਦੇ ਵਿੱਚ ਸਿਲੈਕਟ ਨਹੀਂ ਹੋਏ ਤਾਂ ਛੱਡਣੀ ਹੋਰ ਆਪਣੀ ਤਿਆਰੀ ਪੱਕੀ ਰੱਖਣੀ ਹੈ ਤਾਂ ਫਿਰ ਤੁਸੀਂ ਇਹਦੇ ਲਈ ਅਪਲਾਈ ਕਰ ਪਾਉਗੇ ਬਾਕੀ ਅਪਡੇਟ ਜਿਹੜਾ ਇਹ ਜੀ ਜਲਦੀ ਹੀ ਦੇਖਣ ਨੂੰ ਆਪਾਂ ਨੂੰ ਮਿਲੇਗਾ ਉਹ ਮਾਰਚ ਤੱਕ ਆਪਾਂ ਨੂੰ ਆਏਗਾ ਜਿੰਨੀ ਜਲਦੀ ਤੋਂ ਜਲਦੀ ਵੀਗਰ अर्liest to earliest ਵੀ ਦੇਖੀਏ ਕਿਉਂਕਿ ਪ੍ਰੀਵਿਅਸ ਭਰਤੀ ਨੂੰ ਜਦ ਤੱਕ ਉਹ ক্লোਜ਼ਰ ਦੇਣਗੇ ਤਦ ਹੀ ਹੋ ਨਵੀਆਂ ਭਰਤੀਆਂ ਜਿਹੜੀਆਂ ਇਹਨਾਂ ਨੂੰ ਕੱਢਣਗੇ ਸੋ ਜਦ ਹੀ ਇਹ ক্লোਜ਼ ਹੋ ਜਾਣਗੀਆਂ ਮਾਰਚ ਤੱਕ ਨੋਟੀਫਿਕੇਸ਼ਨ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਜੀ ਔਰ ਇਸੇ ਦੇ ਨਾਲ ਹੋਰ ਵੀ ਵੈਕੈਂਸੀਜ਼ ਹੋਣੀਆਂ ਨੇ ਜਿੱਦਾਂ ਆਂਗਣਵਾੜੀ ਦੀਆਂ ਹੋ ਗਈਆਂ ਸੋ ਉਹ ਵੀ ਉਹਨਾਂ ਲਈ ਵੀ ਤੁਸੀਂ ਆਪਣੀ ਤਿਆਰੀ ਰੱਖ ਸਕਦੇ ਹੋ ਕਿਉਂਕਿ ਉਹਦੇ ਵਿੱਚ ਵੀ ਕਾਫ ਜ਼ਰੂਰ ਆਪਣੀ ਤਿਆਰੀ ਰੱਖਣਾ ਤੇ ਨੋਟੀਫਿਕੇਸ਼ਨ ਜਿਹੜੇ ਨੇ ਜਿੱਦਾਂ ਹੀ ਆਊਟ ਹੁੰਦੇ ਰਹਿਣਗੇ ਮੈਂ ਤੁਹਾਨੂੰ ਦੱਸਦਾ ਰਵਾਂਗਾ ਜੁੜੇ ਰਹਿਣਾ ਸਾਰੇ ਅਪਡੇਟ ਦੇ ਲਈ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ